ਨਗਰ ਦੇ ਵੀਰੋ, ਭੈਣੋ, ਨੌਜਵਾਨੋ, ਬਜ਼ੁਰਗੋ, ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਪੀਚ ਨਹੀਂ ਕਰਨੀ ਕਿਉਂਕਿ ਤੁਸੀਂ ਵੀ ਦੇਰ ਦੇ ਬੈਠੇ ਹੋ ਤੇ ਬੀਬੀ ਹੋਣਾਂ ਦੇ ਅਗਲੇ ਪ੍ਰੋਗਰਾਮ ਨੇ। ਮੈਂ ਬੀਬੀ ਜੀ ਨੂੰ ਮਿਲਣ ਵਾਸਤੇ ਆਇਆ ਤੇ ਤੁਹਾਨੂੰ ਸਿਰਫ ਇੰਨਾ ਹੀ ਕਹਿਣ ਵਾਸਤੇ ਆਇਆ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਆਪਣਾ ਉਮੀਦਵਾਰ ਖੜਾ ਕੀਤਾ ਸੀ ਜਿਹੜੇ ਤੁਹਾਨੂੰ ਹੁਣੇ ਮਿਲ ਕੇ ਲੈ ਆ। ਉਹ ਇਨਸਾਨ ਉਹ ਹੈ ਕਿ ਸਾਰੀ ਦੁਨੀਆ ਦੇ ਸਿੱਖਾਂ ਵਿੱਚੋਂ ਇਕੱਲਾ ਇਨਸਾਨ ਹੈ ਜਿਹੜਾ ਚੀਫ ਜਨਰਲ ਬਣਿਆ ਫੌਜਾਂ ਦਾ। ਉਹੋ ਜਿਹੇ ਇਨਸਾਨ ਨੂੰ ਉਮੀਦਵਾਰ ਬਣਾ ਕੇ ਵਾਪਸ ਲੈਣਾ ਬੜਾ ਔਖਾ ਸੀ। ਕੋਈ ਸਧਾਰਨ ਵਿਅਕਤੀ ਹੁੰਦਾ ਉਹਨੂੰ ਕਹਿ ਦੇਣਾ ਸੌਖਾ ਹੁੰਦਾ, ਲੇਕਿਨ ਏਡੇ ਵੱਡੇ ਸਟੇਟਸ ਦੇ ਬੰਦੇ ਨੂੰ ਇੱਕ ਵਾਰੀ ਉਮੀਦਵਾਰ ਬਣਾ ਕੇ ਤੇ ਡੇਢ ਮਹੀਨੇ ਬਾਅਦ ਉਹਨੂੰ ਵਾਪਸ ਲੈਣਾ ਬੜਾ ਔਖਾ ਕੰਮ ਸੀ। ਲੇਕਿਨ ਇੱਕ ਪਾਸੇ ਰਾਜਨੀਤੀ ਹੈ, ਇੱਕ ਪਾਸੇ ਪੰਜਾਬ ਦੀ ਅਣਖ ਤੇ ਗੈਰਤ ਦਾ ਸਵਾਲ ਹੈ। ਅਸੀਂ ਰਾਜਨੀਤੀਆਂ ਛੱਡ ਦਿੱਤੀਆਂ, ਬੀਬੀ ਖਾਲੜਾ ਬੈਠੇ ਨੇ, ਤੁਹਾਨੂੰ ਬੇਨਤੀ ਕਰਕੇ ਗਏ ਆ, ਬੜੀਆਂ ਚੰਗੀਆਂ ਗੱਲਾਂ ਕੀਤੀਆਂ ਨੇ। ਮੈਂ ਇੱਕੋ ਤੁਹਾਨੂੰ ਬੇਨਤੀ ਕਰਾਂਗਾ ਕਿ ਬੀਬੀ ਖਾਲੜਾ ਨੇ ਐਮਪੀ ਬਣਨਾ ਜਾਂ ਨਹੀਂ ਬਣਨਾ ਇਹ ਸਵਾਲ ਨਹੀਂ। ਸਵਾਲ ਕੀ ਹੈ ਕਿ ਅੱਜ ਜਿਹੜੇ ਲੋਕ ਬੀਬੀ ਖਾਲੜਾ ਨੂੰ ਵੋਟ ਪਾਉਣਗੇ ਉਹ ਇੱਕ ਸਰਟੀਫਿਕੇਟ ਹੋਊਗਾ ਪੰਜਾਬ ਦੇ ਲੋਕਾਂ ਵੱਲੋਂ ਕਿ ਅਜੇ ਸਾਡੇ ਵਿੱਚ ਅਣਖ ਤੇ ਗੈਰਤ ਸਿੱਖਾਂ ਵਿੱਚ ਜਿਉਂਦੀ ਹੈ। ਤੇ ਜੇ ਭਾਈ ਅਸੀਂ ਫਿਰ ਉਹਨਾਂ ਹੀ ਲਾਲਚਾਂ ਚ ਫਸ ਕੇ ਜਿਹੜੇ ਲਾਲੀਪਪ ਸਾਨੂੰ ਪਿੱਛੇ ਮਿਲਦੇ ਰਹੇ, ਜਿਨ੍ਹਾਂ ਸਾਨੂੰ ਲਾਲਚੀ ਬਣਾਤਾ, ਭਿਖਾਰੀ ਬਣਾਤਾ, ਆਟਾ ਦਾਲ ਲੈ ਲਓ, ਆਹ ਚੀਜ਼ ਮੁਫ਼ਤ ਲੈ ਲਓ, ਔਰ ਤੁਸੀਂ ਤੇ ਬਾਬੇ ਨਾਨਕ ਦੇ ਕਿਰਤੀ ਸਿੱਖ ਸੋ, ਜਿਨ੍ਹਾਂ ਕਿਰਤ ਕਰਨ ਵਾਸਤੇ ਪ੍ਰੇਰਨਾ ਦਿੱਤੀ ਸੀ ਸਾਨੂੰ ਭਿਖਾਰੀ ਬਣਾਤਾ ਇਹਨਾਂ ਸਰਕਾਰਾਂ ਨੇ। ਮੈਂ ਬੇਨਤੀ ਕਰਾਂਗਾ ਕਿਤੇ ਮੁੜ ਕੇ ਮੌਕਾ ਮਿਲਿਆ ਖੁੱਲ ਕੇ ਵਿਚਾਰ ਕਰਾਂਗੇ। ਇੱਕ ਪਾਸੇ ਗੁਰੂ ਨੂੰ ਤਜਾਂਜਲੀ ਦੇਣ ਵਾਲੇ ਆ ਉਹ ਸੌਦਾ ਸਾਜ਼ ਤੇ ਬਲਾਤਕਾਰੀ ਸਾਜ਼ ਉਹਦੇ ਨਾਲ ਸਾਂਝ, ਤੇ ਗੁਰੂ ਗ੍ਰੰਥ ਸਾਹਿਬ ਨਾਲ ਬੇਵਫਾਈ ਉਹਦੇ ਵੱਲ ਪਿੱਠ ਕਰ ਲੈ, ਇਹ ਪੰਥਕ ਅਸਮਾਉਂਦੇ ਫਿਰਦੇ ਆ। ਸਾਡੇ ਨਾਲੋਂ ਵੱਧ ਉਸ ਪਰਿਵਾਰ ਨਾਲ ਨੇੜ ਕਿਸੇ ਦਾ ਨਹੀਂ ਸੀ, ਲੇਕਿਨ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਆਈ ਅਸੀਂ ਵੇਖਿਆ ਕਿ ਇਹ ਗੁਰੂ ਨੂੰ ਪਿੱਠ ਤੇ ਗਿਆ, ਅਸੀਂ ਫਤਿਹ ਬੁਲਾ ਕੇ ਵੱਖਰੇ ਹੋ ਗਏ। ਅਸੀਂ ਕਿਹਾ ਅਕਾਲੀ ਦਲ ਨਹੀਂ ਮਰਨ ਦੇਣਾ, ਇਹ ਬਾਦਲ ਪਰਿਵਾਰ ਨੇ ਅਕਾਲੀ ਦਲ ਮਾਰਨ ਦਾ ਰਾਹ ਅਪਣਾ ਲਿਆ, ਇਹਨੂੰ ਕੋਈ ਚੱਜ ਦਾ ਉਮੀਦਵਾਰ ਨਹੀਂ ਲੱਭਾ, ਆ ਸੌਦੇ ਦੀ ਸਾਧ ਨਹੀਂ ਲੈਣ ਦੀ ਸਾਡੇ ਕੋਲੇ। ਆ ਇੱਕ ਮੈਨੂੰ ਪ੍ਰੈਸ ਵਾਲੇ ਪਿੱਛੇ ਪੁੱਛਦੇ ਆ ਕਿ ਇਹ ਬੀਬੀ ਨੇ ਜਿਹੜਾ ਪਹਿਰਾਵਾ ਕਰੇ ਪਾਇਆ ਉਹਦੇ ਕਰਕੇ ਸਾਧ ਨਹੀਂ ਆਉਂਦੇ। ਉਹ ਮੈਂ ਕਿਹਾ ਬੇਗੋਵਾਲ
ਇੱਕ ਡੇਰਾ ਬਣਾਇਆ ਹੋਇਆ। ਉਸ ਡੇਰੇ ਦੀ ਇੰਚਾਰਜ ਹੈ ਬੀਬੀ ਤੇ ਡੇਰੇ ਦੀ ਸਾਧਣੀ ਆ। ਤੇ ਵੀਰੋ ਸਾਡੀ ਜਿਹੜੀ ਸਿੱਖਾਂ ਦੀ ਮਰਿਆਦਾ ਆ ਉਹਦੇ ਵਿੱਚ ਇੱਕ ਮਾਂ ਦੇਵੀ ਆ ਕਿ ਜਿਹੜਾ ਕੁੜੀ ਮਾਰਿਆ ਨਰੀ ਮਾਰਿਆ ਉਹਦੇ ਨਾਲ ਕੋਈ ਸਿੱਖ ਆਪਣਾ ਸੰਬੰਧ ਨਹੀਂ ਰੱਖ ਸਕਦਾ। ਇਹਨੇ ਆਪਣੀ ਕੁੜੀ ਨਹੀਂ ਮਾਰੀ, ਇਹਨੇ ਦੋ ਕਤਲ ਕੀਤੇ ਆ। ਇਹਦੀ ਲੜਕੀ ਪ੍ਰੈਗਨੈਂਟ ਸੀ, ਇੱਕ ਬੱਚਾ ਉਹਦੇ ਪੇਟ ਵਿੱਚ ਸੀ। ਇਹ ਬੀਬੀ ਨੇ ਦੋ ਕਤਲ ਕੀਤੇ ਆ, ਦੋ ਕਤਲਾਂ ਲਈ ਜ਼ਿੰਮੇਵਾਰ ਹੈ। ਇਹੋ ਜਿਹੇ ਲੋਕਾਂ ਨੂੰ ਪਾਰਲੀਮੈਂਟ ਵਿੱਚ ਭੇਜਣਾ ਇਹ ਵਾਜਬ ਆ? ਜਿਹੜਾ ਤੁਸੀਂ ਸੋਚੋ, ਜਿਹੜੇ ਲੋਕ ਇਹੋ ਜਿਹੇ ਲੋਕ ਨੇ, ਜੇ ਇਹੋ ਜਿਹੇ ਲੋਕ ਪਾਰਲੀਮੈਂਟ 'ਚ ਚਲੇ ਗਏ ਫਿਰ ਕੀ ਗੁੱਲ ਖਲਾਉਣਗੇ? ਜੋ ਕੁਝ ਇੱਥੇ ਕਰਦੇ ਰਹੇ ਉਹ ਪਾਰਲੀਮੈਂਟ 'ਚ ਜਾ ਕੇ ਕਰਨਗੇ। ਆਲੜਾ ਜੀ ਦੀ ਕੁਰਬਾਨੀ। ਮੈਂ BA ਤੱਕ ਇਤਿਹਾਸ ਦਾ ਸਟੂਡੈਂਟ ਆ, ਮੈਂ ਸਾਰੀ ਦੁਨੀਆ ਦਾ ਇਤਿਹਾਸ ਪੜ੍ਹਿਆ, ਲੇਕਿਨ ਜਿਹੋ ਜਿਹੀ ਕੁਰਬਾਨੀ ਖਾਲੜਾ ਜੀ ਨੇ ਕੀਤੀ ਆ ਸਾਰੇ ਸੰਸਾਰ ਵਿੱਚ ਕਿਸੇ ਨੇ ਨਹੀਂ ਕੀਤੀ। ਉਹ 25,000 ਲਾਵਾਰਸ ਲਾਛਾ ਜਿਨ੍ਹਾਂ ਦੇ ਨਾਂ ਦਾ ਪਤਾ ਨਹੀਂ, ਵਲਦੀਏ ਦਾ ਪਤਾ ਨਹੀਂ, ਪਿੰਡ ਦਾ ਪਤਾ ਨਹੀਂ, ਗੁਨਾਹ ਕੀ ਆ ਕਿਸੇ ਨੂੰ ਜਾਣਕਾਰੀ ਨਹੀਂ, ਉਹ ਸਿਵਿਆਂ ਵਿੱਚ ਜਾ ਕੇ ਉਹਨਾਂ ਦਾ ਹਿਸਾਬ ਲੈਂਦਾ ਰਿਹਾ, ਉੱਥੋਂ ਜਾ ਕੇ ਰਿਕਾਰਡ ਇਕੱਠਾ ਕਰਦਾ ਰਿਹਾ। ਇਹਦੇ ਵਾਸਤੇ ਕੋਈ ਆਪਣਾ ਨਿੱਜ ਦਾ ਕੰਮ ਨਹੀਂ ਸੀ, ਆਪਣਾ ਕੌਮੀ ਕੰਮ ਸਮਝ ਕੇ ਤੇ ਵੀਰੋ ਉਹਨੇ ਸਾਰਾ ਰਿਕਾਰਡ ਇਕੱਠਾ ਕੀਤਾ। ਔਰ ਉਹ ਗੁੱਜਰ ਲੋਕ ਜਿਨ੍ਹਾਂ ਲੋਕਾਂ ਨੇ ਉਹ 25,000 ਨਿਰਦੋਸ਼ ਨੌਜਵਾਨ ਪੰਜਾਬ ਦੇ ਸ਼ਹੀਦ ਕੀਤੇ ਸੀ ਉਹਨਾਂ ਨੂੰ ਫੜ ਕੇ ਜੇਲ੍ਹਾਂ ਵਿੱਚ ਦੇਣ ਦਾ ਪ੍ਰਬੰਧ ਕੀਤਾ। ਲੇਕਿਨ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਇਹ 25,000 ਦੇ ਕਾਤਲ ਫੜੇ ਜਾਣੇ ਨੇ ਤੇ ਖਾਲੜਾ ਜੀ ਨੂੰ ਕਹਿ ਦਿੱਤਾ ਜੇ 25,000 ਲਾਵਾਰਸ ਲਾਛਾਂ ਬਣ ਸਕਦੀਆਂ ਤੇ ਖਾਲੜਾ 25,000 ਇੱਕ ਵੀ ਹੋ ਸਕਦੀ ਆ। ਦਬਕਾ ਮਾਰਿਆ ਕਿ ਤੇਰੀ ਵਾਰੀ ਵੀ ਆ ਸਕਦੀ ਆ, ਤੇਰੀ ਵੀ ਲਾਵਾਰਸ ਲਾਸ਼ ਹੋ ਸਕਦੀ ਆ। ਮਰਦੇ ਮਿਲਾ ਨੇ ਬਾਹਰ ਦੇ ਮੁਲਕਾਂ ਵਿੱਚ ਜਾ ਕੇ ਗੱਲ ਕੀਤੀ ਹੈ ਔਰ ਉੱਥੇ ਦੇ ਸਿੱਖਾਂ ਨੇ, ਉੱਥੇ ਦੀਆਂ ਸਰਕਾਰਾਂ ਨੇ ਕਿਹਾ ਨਾ ਜਾ ਪਿੰਡ ਵਾਪਸ, ਇੰਗਲੈਂਡ ਵਿੱਚ ਵੱਸਦਾ, ਕੈਨੇਡਾ ਅਮਰੀਕਾ ਵਿੱਚ ਵੱਸਦਾ, ਤੇਰੀ ਜਾਨ ਨੂੰ ਖਤਰਾ ਆ, ਤੇਰੇ ਦੇਸ਼ ਦੀ ਸਰਕਾਰ ਨੇ ਤੈਨੂੰ ਮਾਰ ਦੇਣਾ ਆ। ਲੇਕਿਨ ਉਸ ਇਨਸਾਨ ਨੇ ਕਿਹਾ ਜਿਹੜਾ ਮੈਂ ਮਿਸ਼ਨ ਲੈ ਕੇ ਤੁਰਿਆ, ਮੈਂ ਉਹਨਾਂ 25,000 ਪਰਿਵਾਰਾਂ ਦੀ ਦੇਣਦਾਰੀ ਆ ਮੇਰੇ ਕੋਲੇ, ਮੈਂ ਆਪਣਾ ਮਿਸ਼ਨ ਹੀ ਨਹੀਂ ਛੱਡ ਸਕਦਾ, ਮੇਰੀ ਕੁਰਬਾਨੀ ਹੋ ਜਾਵੇ ਤੇ ਹੋ ਜਾਵੇ, ਮੈਂ ਆਪਣਾ ਮਿਸ਼ਨ ਪੂਰਾ ਕਰਨਾ। ਤੇ ਵੀਰੋ ਸ਼ਹਾਦਤ ਕਿਹਦੀ ਆ? ਜਿਹੜਾ ਸ਼ਹੀਦੀ ਦੇਣ ਤੋਂ ਬਚ ਸਕਦਾ ਹੋਵੇ ਤੇ ਫਿਰ ਵੀ ਸ਼ਹਾਦਤ ਦੇਵੇ ਉਹ ਸ਼ਹੀਦ ਆ ਹੀ, ਤੇ ਸਾਰਿਆਂ ਨੂੰ ਸ਼ਹੀਦ ਆਖੀ ਜਾਂਦੇ। ਉਹ ਇਨਸਾਨ ਸੀ ਜਿਹੜਾ ਸ਼ਹਾਦਤ ਤੋਂ ਬਚ ਸਕਦਾ ਸੀ, ਲੇਕਿਨ ਆਪਣੇ ਮਿਸ਼ਨ ਵਾਸਤੇ, ਤੁਹਾਡੇ ਮਿਸ਼ਨ ਵਾਸਤੇ, ਤੁਹਾਡੇ ਪੁੱਤਾਂ ਵਾਸਤੇ ਉਸ ਇਨਸਾਨ ਨੇ ਸ਼ਹਾਦਤ ਦਿੱਤੀ ਆ। ਤੇ ਜੇ ਅੱਜ ਉਹਦਾ ਮੁੱਲ ਨਾ ਪਾਇਆ ਤੇ ਯਾਦ ਰੱਖਿਓ ਇਹ ਪੰਜਾਬ ਦੀ ਅਣਖ ਤੇ ਗੈਰਤ ਜਿਹੜੀ ਆ, ਜਿਹਦੀਆਂ ਵੱਡੀਆਂ ਵਡਿਆਈਆਂ ਹੋਈਆਂ ਨੇ ਹੁਣ ਤੱਕ, ਇਤਿਹਾਸਕਾਰਾਂ ਨੇ ਲੰਮੇ ਇਤਿਹਾਸ ਲਿਖੇ ਨੇ, ਉਹ ਕਾਲੇ ਅੱਖਰਾਂ ਵਿੱਚ ਲਿਖ ਕੇ ਜਾਣਗੇ। ਸੋਚਣਾ ਤੁਸੀਂ ਕਿ ਵੋਟ ਤੇ ਪਾਉਣੀ ਆ, ਆਪਾਂ ਭੁੱਲ ਸਕਦੇ ਹਾਂ ਕਾਂਗਰਸ ਦੇ ਕਾਰਨਾਮੇ ਨੂੰ, ਜਿਵੇਂ ਦੱਸਣ ਲੱਗਾ ਤੇ ਘੰਟਿਆਂ ਦਾ ਸਮਾਂ ਚਾਹੀਦਾ, ਉਹ ਭੁੱਲ ਜਾਓਗੇ ਸਭ ਕੁਝ ਜੋ ਦਿੱਲੀ ਚ ਵਾਪਰਿਆ,
ਛੋਟੇ ਛੋਟੇ ਬੱਚਿਆਂ ਦੇ ਗਲਾ ਚ ਲਹਿਰ ਪਾ ਕੇ ਨਿਰਦੋਸ਼ ਲੋਕਾਂ ਨੂੰ ਸ਼ਹੀਦ ਕੀਤਾ। ਸਾਡਾ ਅਕਾਲ ਤਖਤ ਸਾਹਿਬ ਸਾਡੇ ਵੀ ਕਰ ਦਿੱਤਾ, ਕਿੰਨੇ ਹੋਰ ਗੁਰਦੁਆਰੇ ਕਮਾਨ ਨੇ ਜਿਨ੍ਹਾਂ ਤੇ ਫੌਜਾਂ ਚਾੜ ਦਿੱਤੀਆਂ, ਇਹੋ ਜਿਹੇ ਲੋਕਾਂ ਨੂੰ ਵੋਟਾਂ ਪਾਉਣ ਨੂੰ ਜੀ ਕਰ ਆਏਗਾ। ਲੇਕਿਨ ਮੈਂ ਇੱਕ ਗੱਲ ਕਹੂੰਗਾ, ਤੁਸੀਂ ਭੁੱਲ ਜਾਂਦੇ ਹੋ, ਨਿੱਕੇ ਨਿੱਕੇ ਲਾਲਚਾਂ ਚ ਆ ਜਾਂਦੇ ਹੋ, ਕਸੂਰ ਤੁਹਾਡਾ ਨਹੀਂ, ਕਸੂਰ ਸਾਡਾ ਲੋਕਾਂ ਦਾ ਜਿਹੜੇ ਸਰਕਾਰਾਂ ਵਿੱਚ ਲੈ ਕੇ ਜਿੰਨਾ ਤੁਹਾਡੀ ਸਾਈਕਲ ਜਿਹੜੀ ਆ ਉਹ ਕਰਪਟ ਬਣਾਤੀ ਆ, ਲਾਲਚੀ ਬਣਾ ਦਿੱਤੀ ਆ। ਅਸੀਂ ਸੋਚ ਲਿਆ ਸਾਡੇ ਕਰਜ਼ੇ ਮਾਫ ਹੋ ਜਾਣੇ ਆ, ਸਾਡੇ ਪੁੱਤ ਨੂੰ ਨੌਕਰੀ ਮਿਲ ਜਾਣੀ ਆ, ਇਹਨੂੰ ਬੱਚਿਆਂ ਸੋਚ ਲਿਆ ਸਮਾਰਟ ਫੋਨ ਮਿਲ ਜਾਣੇ ਨੇ, ਬਜ਼ੁਰਗਾਂ ਸੋਚ ਲਿਆ ਪੈਨਸ਼ਨ ਵੱਧ ਜਾਣੀ ਆ। ਕੁਛ ਹੋਇਆ? ਜਿੰਨਾ ਝੂਠਾ ਮੁੱਖ ਮੰਤਰੀ ਕੈਪਟਨ ਆ, ਮੇਰਾ ਖਿਆਲ ਹੈ ਨਾ ਪੰਜਾਬ ਚ ਬਣਿਆ ਨਾ ਆਉਣ ਵਾਲੇ ਸਮੇਂ ਚ ਬਣੇ। ਝੂਠੀਆਂ ਗੱਲਾਂ ਕਰਕੇ ਲੋਕਾਂ ਨੂੰ ਗੁੰਮਰਾਹ ਕਰਕੇ ਇਹਨਾਂ ਲੋਕਾਂ ਸਰਕਾਰਾਂ ਬਣਾਈਆਂ, ਇਹਨਾਂ ਤੋਂ ਛੁਟਕਾਰਾ ਲਓ। ਅਸੀਂ ਚਾਹੁੰਦੇ ਹਾਂ ਇਮਾਨਦਾਰੀ ਨਾਲ ਤੀਸਰਾ ਬਦਲ ਪੰਜਾਬ ਵਿੱਚ ਐਸਾ ਆਵੇ ਜਿਹੜੇ ਇਹਨਾਂ ਰਵਾਇਤੀ ਪਾਰਟੀਆਂ ਨੂੰ ਪਿੱਛੇ ਕਰਕੇ ਲੋਕਾਂ ਨੂੰ ਇਨਸਾਫ ਦੇ ਸਕੇ, ਤੇ ਪੰਜਾਬ ਜਿਹੜਾ ਕਦੀ ਦੁਨੀਆ ਚ ਚੜ੍ਹਦੀ ਕਲਾ ਵਾਸਤੇ ਜਾਣਿਆ ਜਾਂਦਾ ਸੀ ਉਹੋ ਜਿਹਾ ਪੰਜਾਬ ਮੁੜ ਕੇ ਬਣੇ। ਮੈਂ ਨਿਮਰਤਾ ਨਾਲ ਦੋਵੇਂ ਹੱਥ ਜੋੜ ਕੇ ਤੁਹਾਡੇ ਚਰਨਾਂ ਵਿੱਚ ਇਹ ਬੇਨਤੀ ਕਰਦਾ ਕਿ ਕੌਮ ਦੀ ਅਣਖ ਆਬਰੂ ਤੇ ਇੱਜ਼ਤ ਦਾ ਸਵਾਲ ਆ, ਇੱਕ ਇੱਕ ਵੋਟ ਆਪਣੀ ਨਹੀਂ ਪਾਉਣੀ, ਕਿ ਸਾਡਾ ਪਰਜਿਆ ਕਿਤੇ ਬੀਬੀ ਜੀ ਕੋ ਨਾ ਵੀ ਜਾਇਆ ਜਾਵੇ, ਇੱਡਾ ਵੱਡਾ ਹਲਕਾ ਆ, ਇਹ ਵਿਚਾਰੀ ਕੋਈ ਪੋਲੀਟੀਸ਼ੀਅਨ ਆ, ਇਹ ਕੋ ਇਲੈਕਸ਼ਨਾਂ ਲੜਨ ਵਾਲੇ ਲੋਕ ਨੇ। ਲੇਕਿਨ ਮੈਂ ਸਮਝਦਾ, ਮੈਂ ਬੀਬੀ ਜੀ ਦਾ ਵੀ ਧੰਨਵਾਦ ਕਰਦਾ ਹਾਂ ਕਿ ਤੁਸੀਂ ਹਿੰਮਤ ਕੀਤੀ ਹੈ, ਇਸ ਇਸ਼ੂ ਵਾਸਤੇ ਅੱਗੇ ਆਏ ਹੋ। ਇਹਨਾਂ ਨੂੰ ਦਿੱਲੀ ਭੇਜਾਂਗੇ, ਜਿਹੜਾ ਅਧੂਰਾ ਸੁਪਨਾ ਹੈ ਕਾਂਗੜਾ ਜੀ ਦਾ ਇਹ ਪੂਰਾ ਕਰਨਗੇ।